ਜੀ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਅਸਲਾਮੁਅਲੈਕਮ ਮੈਂ ਔਰੰਗਜ਼ੇਬ ਬੇਗ ਤੁਹਾਡੀ ਖਿਦਮਤ ਹਾਜ਼ਰ ਆ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੋਂ ਜਿੱਥੇ ਬਾਬਾ ਜੀ ਗੁਰੂ ਨਾਨਕ ਦੇ 552 ਜਨਮ ਦਿਨ ਦੀ ਤਕਰੀਬਾਤ ਦਾ سلسلہ ਪਹਿਲੇ ਸ਼ੁਰੂ ਹੋ ਚੁੱਕਿਆ ਹੈ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਭਾਰਤੀ ਵਜ਼ੀਰਿਆਲਾ ਪੰਜਾਬ ਦੇ ਉਹ ਆ ਰਹੇ ਨੇ ਔਰ ਨਾਲ ਸਿੱਧੂ ਜੀ ਆ ਰਹੇ ਨੇ ਤੇ ਉਥੇ ਤਕਰੀਬਾਤ ਦਾ ਆਗਾਜ਼ ਹੋ ਚੁੱਕਾ ਏ ਉਥੇ ਤਿਆਰੀਆਂ ਕੈਸੀ ਨੇ ਲੰਗਰ ਪੱਕ ਰਿਹਾ ਏ ਮਹਿਮਾਨਾਂ ਲਈ ਜਿਹੜੇ ਭਾਰਤੀ ਵਜ਼ੀਰੇ ਆ ਰਹੇ ਨੇ ਔਰ ਉਹਨਾਂ ਦੇ ਨਾਲ ਦੂਜੀ 111 ਯਾਤਰੀ ਆ ਰਹੇ ਨੇ ਉਹਨਾਂ ਵਾਸਤੇ ਲੰਗਰ ਪਕਦਾ ਪਿਆ ਦਾਲ ਪੱਕਦੀ ਪਈ ਮਿੱਠੇ ਚੌਲ ਪੱਕਦੇ ਨੇ ਪਏ ਔਰ ਨਾਲ ਰੋਟੀਆਂ ਪੱਕਦੀਆਂ ਨੇ ਵੀ ਸਾਰਾ ਕੰਮ ਮਸ਼ੀਨੀ ਹੋ ਰਿਹਾ ਔਰ ਮਸ਼ੀਨਾਂ ਚੱਲਦੀਆਂ ਨੇ ਪਈਆਂ ਤਾਂ ਕਿ ਜਿਹੜੇ ਇੱਥੇ ਯਾਤਰੀ ਆ ਰਹੇ ਨੇ ਉਹਨਾਂ ਦੀ ਸੇਵਾ ਕੀਤੀ ਜਾਏ ਉਹਨਾਂ ਨੂੰ ਬ੍ਰੈਕਫਾਸਟ ਲੰਚ ਤੇ ਜਿਹੜਾ ਵੀ ਉਸ ਟਾਈਮ ਦਾ ਖਾਣਾ ਹੈ ਉਹ ਦਿੱਤਾ ਜਾਏ ਜਿਹੜਾ ਕਿ ਬੜਾ ਹੀ ਅੱਛਾ ਇਕਦਮ ਹੈ ਔਰ ਇਹ سلسلہ ਚੱਲਦਾ ਆ ਰਿਹਾ ਹੈ ਬੜਾ ਅੱਛਾ ਇਕਦਮ ਹੈ ਭਾਰਤੀ ਗਵਰਨਮੈਂਟ ਦਾ ਕਿ ਉਹਨਾਂ ਨੇ ਜਿਹੜੇ ਸਾਡੇ ਸਿੱਖ ਭਰਾ ਇੰਡੀਆ ਦੇ ਇੱਥੇ ਆਉਣ ਨੂੰ ਤਰਸਦੇ ਨੇ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਆਉਣ ਨੂੰ ਤਰਸਦੇ ਨੇ ਔਰ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਜਾ ਸਕਦੇ ਨੇ ਰਾਹਦਾਰੀ ਤੋਂ ਨੰਕੇ ਤੇ ਉਹ ਪਾਕਿਸਤਾਨ ਜਾ ਸਕਦੇ ਨੇ ਤੇ ਇਸ ਲਈ ਸਾਡੇ ਸਿੱਖ ਯਾਤਰੀ ਭਰਾਵਾਂ ਨੂੰ ਵੀ ਜਿਹੜਾ ਨਾ ਬੜੀ ਬੜੀ ਮੁਬਾਰਕਬਾਦ ਕਿ ਉਹਨਾਂ ਨੂੰ ਆਪਣੇ ਇਹ ਜਿਹੜਾ ਉਹਨਾਂ ਦਾ ਏ ਏਡੀ ਮذਬੀ ਜਗਾ ਹੈ ਬਾਬਾ ਜੀ ਗੁਰੂ ਨਾਨਕ ਦਾ ਜਿੱਥੇ ਗੁਰਦੁਆਰਾ ਏ ਦਰਬਾਰ ਸਾਹਿਬ ਕਰਤਾਰਪੁਰ ਉੱਥੇ ਆ ਸਕਦੇ ਨੇ ਔਰ ਆ ਕੇ ਆਪਣੀ ਮذਬੀ ਰਸੂਮਾਤ ਅਦਾ ਕਰ ਸਕਦੇ ਨੇ ਬੜੀ ਮੁਕੱਦਸ ਜਗਾ ਉਹਨਾਂ ਵਾਸਤੇ ਸਾਡੇ ਅਸੀਂ ਜੀ ਆਇਆਂ ਕਹਿੰਦੇ ਹਾਂ ਜਿੰਨੇ ਵੀ ਮਹਿਮਾਨ ਆਏ ਨੇ ਔਰ ਜਿੰਨੇ ਵੀ ਆ ਰਹੇ ਨੇ ਇੱਥੇ ਰਜ਼ਾਨਾ ਦੀ ਬੁਨਿਆਦ ਦੇ ਉੱਤੇ ਸਾਡੀ ਖੁਸ਼ੀ ਹੈ ਅਸੀਂ ਮ ਪਾਕਿਸਤਾਨੀ ਪੰਜਾਬੀ ਆਪਣੇ ਭਾਰਤੀ ਪੰਜਾਬੀ ਭਾਈਆਂ ਨੂੰ ਬੜੇ ਖੁੱਲੇ ਦਿਲ ਨਾਲ ਜੀ ਆਇਆਂ ਕਹਿੰਨੇ ਆ ਵੈਲਕਮ ਕਹਿੰਨੇ ਆ ਤੇ ਉਮੀਦ ਹੈ ਕਿ ਜਿਹੜਾ ਰਾਹ داری ਇਹ ਚੱਲਦੀ ਰਹੇਗੀ ਇਹਦੇ 'ਚ ਸਿਆਸਤ ਨਾ ਆਏ ਦੋਸਤੋ ਸਿਆਸਤ ਜਦੋਂ ਕਿਸੇ ਵੀ ਕੰਮ 'ਚ ਆਉਂਦੀ ਹੈ ਤੇ ਤਬਾਹ ਕਰ ਦਿੰਦੀ ਹੈ ਤੇ ਤੁਸੀਂ ਮੇਰਾ ਵੀਰ ਹੈ ਜਿਹੜੀ ਮੇਰਾ ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਬੜੀਆਂ ਲੈਂਦੇ ਚੜਦੇ ਪੰਜਾਬ ਦੇ ਵੀਡੀਓ ਪਾਉਂਦਾ ਰਹਿਣਾ ਤੇ ਤੁਸੀਂ ਇਹਨੂੰ ਇੰਜੋਏ ਕਰੋਗੇ ਪਿਆਰ ਮੁਹੱਬਤ ਵਾਲਾ ਚੈਨਲ ਹੈ ਇਹਦੇ ਵਿੱਚ ਕੋਈ ਨਫਰਤਾਂ ਨਹੀਂ ਪਾਈਆਂ ਜਾਂਦੀਆਂ ਦਿਲਾਂ ਨੂੰ ਜੋੜਿਆ ਜਾਂਦਾ ਘੰਟੀ ਦਾ ਬਟਨ ਦਬਾ ਲਓ ਤੇ ਇਥੋਂ ਮੈਂ ਹੋਰ ਵੀ ਤੁਹਾਨੂੰ ਰੋਜ਼ ਦੇ ਕੋਈ ਨਾ ਕੋਈ ਵੀਡੀਓ ਦੇਣੀ ਕਰਨੀ ਹੈ ਕਦੀ ਪੰਜਾਬੀਆਂ ਦਾ ਇੰਟਰਵਿਊ ਕਰੀਦੇ ਨੇ ਕਦੀ ਪੰਜਾਬੀ ਜਿਹੜੇ ਪੁਰਾਣੇ ਘਾਰ ਨੇ ਜਿਹੜੇ ਛੱਡਦੇ ਪੰਜਾਬ ਚ ਲੋਕੀ ਛੱਡ ਕੇ ਟੁਰ ਗਏ ਸਾਨੂੰ ਵੰਡ ਦੇ ਵਿੱਚ ਤੇ ਉਹਨਾਂ ਦੇ ਦਰਸ਼ਨ ਕਰਵਾਈਦੇ ਨੇ ਪਿੰਡਾਂ ਜਿਹੜੇ ਤੁਹਾਡੇ ਇੱਥੇ ਆਗੇ ਨੇ ਕੋਈ ਉਹਨਾਂ ਦੀਆਂ ਯਾਦਾਂ ਉਹ ਵਖਾਈਦੀਆਂ ਨੇ ਤੇ ਐਸੇ ਲਈ ਤੁਸੀਂ ਵੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਜਿਹੜਾ ਕਿ ਵਾਕਿਆ ਹੈ ਨਾਰੋਵਾਲ ਦੇ ਕੋਲ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਤੇ ਵੀ ਔਰ ਯਾਤਰੀਆਂ ਦੀ ਜਿਹੜੀ ਸੀਲਸਲਾ ਨੇ ਇੱਥੇ ਆਮਦ ਦਾ ਉਹ ਰੋਜ਼-ਰੋਜ਼ ਵਧਦਾ ਜਾ ਰਿਹਾ ਹੈ ਬੜੀ ਅੱਛੀ ਗੱਲ ਹੈ Imran Khan ਨੇ ਬੜਾ ਅੱਛਾ ਇਕਦਮ ਕੀਤਾ ਹੈ ਕਿ ਜਿਹੜੇ ਸਿੱਖ ਯਾਤਰੀ ਭਾਰਤ ਦੇ ਵਿੱਚੋਂ ਬਾਰਡਰ ਤੋਂ ਹੀ ਦੂਰਬੀਨ ਬਾਬਾ ਜੀ ਗੁਰੂ ਨਾਨਕ ਦੇਵ ਜੀ ਗੁਰਦੁਆਰੇ ਦਾ ਨਜ਼ਾਰਾ ਕਰਕੇ ਚਲੇ ਜਾਂਦੇ ਸਨ ਹੁਣ ਉਹ ਇੱਥੇ ਆ ਸਕਦੇ ਨੇ ਗੋਗੇ ਇੱਥੇ ਪਾਬੰਦੀਆਂ ਵੀ ਰਹੀਆਂ ਨੇ ਭਾਰਤ ਦੀ ਹੁਮਨ ਨੇ ਆਪਣੇ ਸ਼ਹਿਰੀਆਂ ਤੇ ਪਾਬੰਦੀਆਂ ਲਾਈ ਰੱਖੀਆਂ ਨੇ ਕੋਈ ਤਕਰੀਬਨ ਡੇਢ ਸਾਲ ਚਲੋ ਦੇਰ ਆਏ ਦਰੋਸਤ ਆਏ ਤੇ ਇਸ ਲਈ ਇਹ سلسلہ ਦੁਬਾਰਾ ਤੋਂ ਸ਼ੁਰੂ ਹੋ ਗਿਆ ਏ ਜਨਾਬ ਦੇਖੋ ਤੁਸੀਂ ਨਜ਼ਾਰੇ ਵਾਹ ਜੀ ਵਾਹ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤੇ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਆਪਣਾ ਕਮੈਂਟ ਵਿੱਚ ਜੋ ਤੁਹਾਡੀ رائے ਵੇ ਤਜਵੀਜ਼ਾਂ ਨੇ ਉਹ ਵੀ ਦਿਆ ਕਰੋ ਤਾਂ ਕਿ ਅਸੀਂ ਤੁਹਾਡੀਆਂ ਜਿਹੜੀ ਵੀ ਤਜਵੀਜ਼ ਹੁੰਦੀ ਹੈ ਸਾਰ ਮੱਥੇ ਤੇ ਉਹਨਾਂ ਦੇ ਮੁਤਾਬਕ ਕੰਮ ਕਰੀਏ ਤੇ ਫੇਰ ਹੀ ਸਾਡੀ ਵੀ ਖੁਸ਼ੀ ਹੈ ਤੁਹਾਡੀ ਖੁਸ਼ੀ ਨਾਲ ਸਾਡੀ ਖੁਸ਼ੀ ਹੈ ਜੀਉਂਦੇ ਰਹੋ ਹੱਸਦੇ ਵਾਸਤੇ ਰਹੋ ਔਰੰਗਜ਼ੇ ਨੂੰ ਇਜਾਜ਼ਤ ਦਿਓ ਰਵ ਰੱਖਾ